ਸੀਪੀ ਸਾਹਿਬ, ਅੱਜ ਜਲੰਧਰ ਪੁਲਿਸ ਨੇ ਇੱਕ ਵੱਡੇ ਓਪਰੇਸ਼ਨ ਨੂੰ ਅੰਜਾਮ ਦਿੱਤਾ, ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੂੰ ਫੜਿਆ ਹੈ। ਕੀ ਸੀਗਾ ਸਰ ਓਪਰੇਸ਼ਨ, ਕਿਹਨਾਂ ਨੂੰ ਅਰੈਸਟ ਕੀਤਾ ਜੀ? ਇਹ ਇੰਟੈਲੀਜੈਂਸ ਬੇਸਡ ਓਪਰੇਸ਼ਨ ਸੀਗਾ, ਸਾਡੇ ਕੋਲ ਇਨਫੋਰਮੇਸ਼ਨ ਸੀਗੀ ਜੀ। ਇੱਕ ਮੁੰਡਾ ਹੈ ਆਸ਼ੀਸ਼ ਬੁੱਲੋਵਾਲ, ਹੁਸ਼ਿਆਰਪੁਰ ਦਾ ਰਹਿਣ ਵਾਲਾ, ਦੂਜਾ ਹੈ ਨਿਤਿਨ, ਇਹ ਜਲੰਧਰ ਦਾ ਲੋਕਲ ਰਹਿਣ ਵਾਲਾ ਹੈ। ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ, ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਇਹ ਲਾਰੈਂਸ ਦੇ ਨਾਲ ਸੰਪਰਕ 'ਚ ਸੀਗੇ, ਲਾਰੈਂਸ ਦੇ ਨਾਲ ਸੰਬੰਧ ਵੀ ਰੱਖਦੇ ਹਾਂ। ਲਾਰੈਂਸ ਦੇ ਇੱਕ ਹੋਰ ਬੁੱਲੋਵਾਲ ਦਾ ਰਹਿਣ ਵਾਲਾ ਲੱਕੀ ਹੈ, ਜਸਮੀਤ ਉਰਫ ਲੱਕੀ, ਜਿਹੜਾ US 'ਚ ਬੈਠਾ ਹੈ ਪਿਛਲੇ ਇੱਕ ਸਾਲ ਤੋਂ, ਅਤੇ ਉਹਦੇ ਨਾਲ ਮਿਲ ਕੇ ਇਹ ਸੁਪਾਰੀ ਕਿਲਿੰਗਸ, ਮਰਡਰ, ਐਕਸਟੋਰਸ਼ਨ ਇਹ ਸਾਰੀ ਕਰਦੇ ਸੀਗੇ। ਦੋਨੋਂ ਮੁੰਡਿਆਂ 'ਤੇ 8 ਤੋਂ 9 ਮੁਕੱਦਮੇ ਦਰਜ ਹੈ, ਇਹ ਪ੍ਰੋਕਲੇਮਡ ਓਫੈਂਡਰ ਹੈ, ਅਤੇ ਜਿਹੜੇ ਮੁਕੱਦਮੇ ਦਰਜ ਜਿਹੜੇ ਹੈ ਉਹ ਮਰਡਰ ਦੇ, ਐਕਸਟੋਰਸ਼ਨ ਦੇ, ਸੁਪਾਰੀ ਕਿਲਿੰਗ ਦੇ ਜੀ, ਇੱਕ ਡਰੱਗ ਦਾ ਵੀ ਹੈ। ਅਤੇ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹੀ ਆ ਰਿਹਾ ਕਿ ਇਹ ਬਿੰਨੀ ਗੁੱਜਰ ਨਾਲ ਵੀ ਇਹਨਾਂ ਦਾ ਸੰਪਰਕ ਹੈ, ਜੱਗੂ ਭਗਵਾਨਪੁਰੀਏ ਦੇ ਨਾਲ ਵੀ, ਅਤੇ ਲੱਕੀ ਉਹੀ ਹੈ ਜਿਹੜਾ US ਬੈਠਾ, ਜਿਹਨੇ ਮਨੂ ਅਤੇ ਰੂਪੇ ਨੂੰ, ਰੂਪਾ ਇਹਨੂੰ ਖੈਰ ਦਿੱਤੀ ਸੀਗੀ, ਜਿਹੜੇ ਸਿੱਧੂ ਮੂਸੇ ਵਾਲੇ ਸੁਪਾਰੀ ਲਿੱਤੀ ਹੋਈ ਸੀਗੀ, ਦੋ ਬੰਦਿਆਂ ਨੂੰ ਮਾਰਨਾ ਸੀਗਾ, ਰੈਕੀ ਵੀ ਇਹਨਾਂ ਨੇ ਕਰ ਲਈ ਸੀਗੀ, ਤੇ ਆਪਣੀ ਠਹਿਰ ਬਦਲ ਰਹੇ ਸੀਗੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ। ਜਲੰਧਰ 'ਚ ਘਟਨਾ ਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਜੀ, ਜੀ ਜੀ, ਦੋ ਮਰਡਰ ਕਰਨੇ ਸੀ, ਮਤਲਬ ਜਲੰਧਰ ਪੁਲਿਸ ਨੇ ਇੱਕ ਵੱਡੀ ਘਟਨਾ ਹੋਣ ਤੋਂ ਰੋਕੀ ਅੱਜ ਜੀ 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 ਇਹਨਾਂ ਦੀ ਹਾਲਤ ਕਿੱਦਾਂ ਹੈ ਸਰ ਹੁਣ? ਕ੍ਰਿਟੀਕਲ ਹੈ, ਬਟ ਆਈ ਥਿੰਕ ਦੇਲ ਸਰਵਾਈਵ ਜੀ। ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਸਰ। ਸੀਪੀ ਸਾਹਿਬ, ਅੱਜ ਜਲੰਧਰ ਪੁਲਿਸ ਨੇ ਇੱਕ ਵੱਡੇ ਓਪਰੇਸ਼ਨ ਨੂੰ ਅੰਜਾਮ ਦਿੱਤਾ, ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੂੰ ਫੜਿਆ ਹੈ। ਕੀ ਸੀਗਾ ਸਰ ਓਪਰੇਸ਼ਨ, ਕਿਹਨਾਂ ਨੂੰ ਅਰੈਸਟ ਕੀਤਾ ਜੀ? ਇਹ ਇੰਟੈਲੀਜੈਂਸ ਬੇਸਡ ਓਪਰੇਸ਼ਨ ਸੀਗਾ, ਸਾਡੇ ਕੋਲ ਇਨਫੋਰਮੇਸ਼ਨ ਸੀਗੀ ਜੀ। ਇੱਕ ਮੁੰਡਾ ਹੈ ਆਸ਼ੀਸ਼ ਬੁੱਲੋਵਾਲ, ਹੁਸ਼ਿਆਰਪੁਰ ਦਾ ਰਹਿਣ ਵਾਲਾ, ਦੂਜਾ ਹੈ ਨਿਤਿਨ, ਇਹ ਜਲੰਧਰ ਦਾ ਲੋਕਲ ਰਹਿਣ ਵਾਲਾ ਹੈ। ਤੇ ਇਹ ਲਾਰੈਂਸ ਦੇ ਨਾਲ ਸੰਪਰਕ 'ਚ ਸੀਗੇ, ਲਾਰੈਂਸ ਦੇ ਨਾਲ ਸੰਬੰਧ ਵੀ ਰੱਖਦੇ ਹਾਂ। ਲਾਰੈਂਸ ਦੇ ਇੱਕ ਹੋਰ ਬੁੱਲੋਵਾਲ ਦਾ ਰਹਿਣ ਵਾਲਾ ਲੱਕੀ ਹੈ, ਜਸਮੀਤ ਉਰਫ ਲੱਕੀ, ਜਿਹੜਾ US 'ਚ ਬੈਠਾ ਹੈ ਪਿਛਲੇ ਇੱਕ ਸਾਲ ਤੋਂ, ਅਤੇ ਉਹਦੇ ਨਾਲ ਮਿਲ ਕੇ ਇਹ ਸੁਪਾਰੀ ਕਿਲਿੰਗਸ, ਮਰਡਰ, ਐਕਸਟੋਰਸ਼ਨ ਇਹ ਸਾਰੀ ਕਰਦੇ ਸੀਗੇ। ਦੋਨੋਂ ਮੁੰਡਿਆਂ 'ਤੇ 8 ਤੋਂ 9 ਮੁਕੱਦਮੇ ਦਰਜ ਹੈ, ਇਹ ਪ੍ਰੋਕਲੇਮਡ ਓਫੈਂਡਰ ਹੈ, ਅਤੇ ਜਿਹੜੇ ਮੁਕੱਦਮੇ ਦਰਜ ਜਿਹੜੇ ਹੈ ਉਹ ਮਰਡਰ ਦੇ, ਐਕਸਟੋਰਸ਼ਨ ਦੇ, ਸੁਪਾਰੀ ਕਿਲਿੰਗ ਦੇ ਜੀ, ਇੱਕ ਡਰੱਗ ਦਾ ਵੀ ਹੈ। ਅਤੇ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹੀ ਆ ਰਿਹਾ ਕਿ ਇਹ ਬਿੰਨੀ ਗੁੱਜਰ ਨਾਲ ਵੀ ਇਹਨਾਂ ਦਾ ਸੰਪਰਕ ਹੈ, ਜੱਗੂ ਭਗਵਾਨਪੁਰੀਏ ਦੇ ਨਾਲ ਵੀ, ਅਤੇ ਲੱਕੀ ਉਹੀ ਹੈ ਜਿਹੜਾ US ਬੈਠਾ, ਜਿਹਨੇ ਮਨੂ ਅਤੇ ਰੂਪੇ ਨੂੰ, ਰੂਪਾ ਇਹਨੂੰ ਖੈਰ ਦਿੱਤੀ ਸੀਗੀ, ਜਿਹੜੇ ਸਿੱਧੂ ਮੂਸੇ ਵਾਲੇ ਸੁਪਾਰੀ ਲਿੱਤੀ ਹੋਈ ਸੀਗੀ, ਦੋ ਬੰਦਿਆਂ ਨੂੰ ਇਹਨਾਂ ਨੇ ਮਾਰਨਾ ਸੀਗਾ, ਉਹਨਾਂ ਦੀ ਰੈਕੀ ਵੀ ਇਹਨਾਂ ਨੇ ਕਰ ਲਈ ਸੀਗੀ, ਤੇ ਆਪਣੀ ਠਹਿਰ ਬਦਲ ਰਹੇ ਸੀਗੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ। ਜਲੰਧਰ 'ਚ ਘਟਨਾ ਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਜੀ, ਜੀ ਜੀ, ਦੋ ਮਰਡਰ ਕਰਨੇ ਸੀਗੇ, ਮਤਲਬ ਜਲੰਧਰ ਪੁਲਿਸ ਨੇ ਇੱਕ ਵੱਡੀ ਘਟਨਾ ਹੋਣ ਤੋਂ ਰੋਕੀ ਅੱਜ ਜੀ 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 ਇਹਨਾਂ ਦੀ ਹਾਲਤ ਕਿੱਦਾਂ ਹੈ ਸਰ ਹੁਣ? ਕ੍ਰਿਟੀਕਲ ਹੈ, ਬਟ ਆਈ ਥਿੰਕ ਦੇ ਵਿਲ ਸਰਵਾਈਵ ਜੀ। ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਸਰ।